ਕੁਝ ਦਿਨ ਪਹਿਲਾਂ ਕੁਰਾਲੀ ਇਲਾਕੇ ਵਿੱਚ ਸਰਗਰਮ ਨੌਸਰਵਾਜ ਔਰਤਾਂ ਵੱਲੋਂ ਇੱਕ ਪੀਐਸਸੀਬੀ ਦੀ ਉੱਚ ਅਧਿਕਾਰੀ ਦੀ ਬਚੜਨ ਲੱਗੇ ਚੂੜੀ ਕੱਟ ਲਈ ਗਈ ਸੀ। ਬੜੀ ਸ਼ਾਤਰ ਤਰੀਕੇ ਨਾਲ ਔਰਤਾਂ ਨੇ ਜਦ ਬਚੜਨ ਲੱਗੇ ਆ ਅਫਸਰ ਨੂੰ ਚਾਰ ਵਜੇ ਘੇਰ ਲਿਆ, ਨਾ ਤਾਂ ਅੱਗੇ ਜਾਣ ਦਿੰਦੇ ਨਾ ਪਿੱਛੇ ਜਾਣ ਦਿੰਦੇ ਸੀ। ਉਹਦੇ ਹੱਥ ਉੱਪਰ ਹੀ ਕੱਪੜਾ ਸਿੱਟ ਦਿੱਤਾ ਗਿਆ ਅਤੇ ਜਦੋਂ ਔਰਤ ਬਸ ਚੜ੍ਹ ਗਈ ਤਾਂ ਉਹਨੇ ਦੇਖਿਆ ਕਿ ਹੱਥ ਦੀ ਚੂੜੀ ਗੈਪ ਸੀ ਅਤੇ ਇੰਨੇ ਨੂੰ ਦੂਜੀਆਂ ਔਰਤਾਂ ਸਨ ਜਿਹੜੇ ਤੱਕ ਉਹ ਨਾ ਤਾਂ ਬੱਸ ਵਿੱਚ ਆਈਆਂ ਨਾ ਕਿਤੇ ਹੋਰ ਪਾਸੇ ਨਜ਼ਰ ਆਈਆਂ, ਗੈਪ ਹੋ ਗਈਆਂ। ਉਸ ਟਾਈਮ ਤੱਕ ਉਹਦਾ ਲੱਖ ਰੁਪਏ ਦੇ ਉੱਪਰ ਦੀ ਹੱਥ ਦੀ ਚੂੜੀ ਗੈਪ ਹੋ ਚੁੱਕੀ ਸੀ। ਸਾਰਾ ਮਾਮਲਾ ਦੇਖਣ ਵਿੱਚ ਆਇਆ ਕਿ ਸੀਸੀਟੀਵੀ ਵਿੱਚ ਔਰਤਾਂ ਸਰਿਆਮ ਘੁੰਮ ਰਹੀਆਂ ਨੇ। ਇਸ ਤਰ੍ਹਾਂ ਦਾ ਗੈਂਗ ਪਹਿਲਾਂ ਕੁਝ ਸਮੇਂ ਪਹਿਲਾਂ ਮੋਰੰਡੇ ਵਿਖੇ ਵੀ ਇਸ ਤਰ੍ਹਾਂ ਦੀ ਵਾਰਦਾਤ ਬੱਸ ਚੜ੍ਹ ਲੱਗੀ ਔਰਤਾਂ ਨਾਲ ਕੀਤੀ ਸੀ, ਜਿਹਦੀਆਂ ਚੂੜੀਆਂ ਅਤੇ ਵਾਲੀਆਂ ਉਤਾਰ ਕੇ ਲੈ ਗਈਆਂ ਸਨ। ਸੀਸੀਟੀਵੀ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ। ਡੀਐਸਪੀ ਧਰਮਵੀਰ ਸਿੰਘ ਵੱਲੋਂ ਇਹ ਜਾਂਚ ਟੀਮ, ਐਸਐਚਓ ਸਿਟੀ ਸਤਨਾਮ ਸਿੰਘ ਏਜੰਟ ਬਣਾਈ ਗਈ। ਜਾਂਚ ਦੌਰਾਨ ਉਹਨਾਂ ਨੇ ਸਾਰੇ ਇਲਾਕੇ ਸੀਸੀਟੀਵੀ ਖੰਗਾਲੇ ਗਏ ਤੇ ਔਰਤਾਂ ਦੀ ਪਹਿਚਾਣ ਕਰ ਲਈ ਗਈ ਤੇ 6 ਔਰਤਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਆਓ ਤੁਹਾਨੂੰ ਸੁਣਾਉਂਦੇ ਇਸ ਸਬੰਧੀ ਡੀਐਸਪੀ ਧਰਮਵੀਰ ਸਿੰਘ ਕੀ ਜਾਣਕਾਰੀ ਦੇ ਰਹੇ ਹਨ। ਪੰਜਾਬੀ ਸਟੇਸ਼ਨ ਲਈ ਮੈਂ ਹਰੀਸ਼ ਬਟਲਾ। ਸਾਡੇ ਕੋਲ ਨਾ ਇੱਕ ਰੁਚੀਕਾ ਗਰਗ ਜਿਹੜੇ ਕੁਰਾਲੀ ਬਿਜਲੀ ਡਿਪਾਰਟਮੈਂਟ 'ਚ ਜੋਬ ਕਰਦੇ ਆ ਅਤੇ ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬੱਸ ਚੜ੍ਹ ਕੇ ਪਟਿਆਲੇ ਚੱਲੇ ਸੀ ਅਤੇ ਉਹਨਾਂ ਦੀ ਕਿਸੇ ਲੇਡੀ ਨੇ, ਮਤਲਬ ਕਿ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿੱਚ ਲਈ ਸੀ ਉਹਨਾਂ ਨੇ। ਉਹਨਾਂ ਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਅਤੇ ਉਹਨਾਂ ਨੇ ਕੰਪਲੇਂਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਨੇ ਇੱਦਾਂ ਦਾ ਕੀਤਾ ਹੋਵੇ ਅਤੇ ਅਸੀਂ ਜਿਹੜਾ 23 ਤਰੀਕ ਨੂੰ ਪਰਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਮਾਣਯੋਗ SSP ਸਾਹਿਬ ਉਹਨਾਂ ਵੱਲੋਂ ਫਿਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉੱਥੇ ਬੱਸ ਸਟੈਂਡ ਦੇ ਉੱਪਰ, ਕਿਉਂਕਿ ਸਾਨੂੰ ਇਹ ਸੀ ਕਿ ਜੇ ਇਹ 19 ਤਰੀਕ ਨੂੰ ਆਏ ਅਸੀਂ ਹੋ ਸਕਦਾ ਫਿਰ ਇਹ ਦੁਬਾਰੇ ਆਉਣ ਅਤੇ ਸਾਡੇ ਜਿਹੜੇ ਸਿਟੀ ਕੁਰਾਲੀ SHO ਆ ਸਤਨਾਮ ਸਿੰਘ ਇੰਸਪੈਕਟਰ ਅਤੇ ਸਾਡੇ ਜਿਹੜੇ ਟ੍ਰੈਫਿਕ ਇੰਚਾਰਜ ਆ ਜਗਤ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਅਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈਆਂ ਗਈਆਂ ਅਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇਡੀ ਉੱਥੇ ਆਈਆਂ ਅਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੀ ਇਹਨਾਂ ਨੂੰ।
ਵਾਰਦਾਤ ਨੂੰ ਕਿਸੇ ਨੂੰ ਉਦਣ ਇਲਜ਼ਾਮ ਤਾਂ ਨਹੀਂ ਦਿੱਤੇ ਜਿਸ ਦਿਨ ਇਹ ਫੜੀਆਂ ਗਈਆਂ? ਨਹੀਂ, ਉਸ ਦਿਨ ਇਹ ਆਈਆਂ ਸੀ, ਇਹ ਦੁਪਹਿਰ ਦਾ ਸਮਾਂ ਸੀ, ਉਸ ਦਿਨ ਆਈਆਂ ਇਹ, ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਡੇਲੀ ਤੇ ਜਿਹੜੀਆਂ ਉਸ ਦਿਨ ਕੰਮ ਕਰ ਰਹੀਆਂ ਸੀ ਕਿ ਧਿਆਨ ਰੱਖ ਰਹੀਆਂ ਸੀ ਪੂਰਾ ਇਸ ਬਾਰੇ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰਕੇ ਦਿੱਤਾ ਗਿਆ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ, ਕਿੰਨੇ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ, ਕਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ? ਦੇਖੋ, ਜਿਹੜੀਆਂ 6 ਲੇਡੀਜ਼ ਆ, ਇਹਨਾਂ ਦਾ ਅਸੀਂ ਡਾਟਾ ਜਿਹੜਾ ਦਰਾਨੇ ਹੁਣ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪਤਾ ਕੀਤਾ, ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ ਦੋ ਪਰਚੇ ਆਲਰੇਡੀ ਸੇਮ ਦਰਜ ਹੋਏ ਹੋਏ ਆ। ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ, ਤੇ ਹੋਰ ਵੀ ਜਿਹੜੇ ਅਸੀਂ ਆਸ ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਇਹਨਾਂ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫ ਆਈ ਆਰ ਦਰਜ ਹੋਈ ਆ ਤਾਂ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਟਰੇਸ ਕੀਤੀ ਜਾ ਸਕਦੀ ਹੈ। ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ, ਕਿਸ ਤਰ੍ਹਾਂ ਇਹ ਸ਼ਾਤਿਰ ਤਰੀਕੇ ਨਾਲ ਠੱਗੀ ਕਰਦੇ? ਇਸ ਨਾਲ ਸਾਰਿਆਂ ਦੀ ਜਿਹੜੀ ਏਜ ਆ ਉਹ 50+ ਹੈਗੀ ਆ। ਇਹ ਕੀ ਕਰਦੇ ਆ ਜੀ, ਜੋ ਇਹਨਾਂ ਤੋਂ ਅਸੀਂ ਪੁੱਛਗਿੱਛ ਕੀਤੀ, ਜਿਸ ਤਰ੍ਹਾਂ ਕੋਈ ਬੱਸ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ, ਕਿਸੇ ਨੇ ਸੋਨੇ ਦੀ ਵੰਗ ਪਾਈ ਆ, ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ। ਜਿਸ ਤਰ੍ਹਾਂ ਬੱਸ ਦੇ ਵਿੱਚ ਦਰਵਾਜ਼ੇ ਦੇ ਵਿੱਚ ਧੱਕਾ ਮੁੱਕੀ ਹੁੰਦੀ ਆ, ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਆ ਚੈਨ ਜਾਂ ਫਿਰ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈ ਆ ਉਹ ਉਸੇ ਟਾਈਮ ਉਤਾਰ ਲੈਂਦੀ ਆ ਜੀ। ਸਰ ਪੁਲਿਸ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰ ਰਹੀ ਹੈ, ਕਿਉਂਕਿ ਇਸ ਤਰ੍ਹਾਂ ਪਹਿਲੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ, ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਹੋਣ ਦੀ ਲੋੜ ਹੈ? ਦੇਖੋ, ਜਦੋਂ ਵੀ ਤੁਸੀਂ ਬੱਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਦੀਆਂ ਕੋਈ ਲੇਡੀਜ਼ ਜਿਹੜੀਆਂ 50+, ਕਿਉਂਕਿ ਇਹ ਸਾਰੀਆਂ 50+ ਹੈਗੀਆਂ ਵਾ, ਇਦਾਂ ਦੀਆਂ ਲੇਡੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਆ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ੍ਹ ਜਾਏ, ਕਿਉਂਕਿ ਇਹਦੇ 'ਚ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਹੈ। ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਵੀ ਜਦੋਂ ਵੀ ਤੁਸੀਂ ਬੱਸ ਸਟੈਂਡ ਖੜੇ ਹੁੰਦੇ ਆਸ-ਪਾਸ ਧਿਆਨ ਜ਼ਰੂਰ ਰੱਖੋ, ਜੇ ਤੁਸੀਂ ਕੋਈ ਵੀ ਗੋਲਡ ਦਾ ਸਮਾਨ ਪਾਇਆ, ਚੈਨ ਪਾਈ ਆ ਜਾਂ ਫਿਰ ਤੁਸੀਂ ਕੋਈ ਵੰਗ ਪਾਈ ਆ, ਹਮੇਸ਼ਾ ਧਿਆਨ ਜ਼ਰੂਰ ਰੱਖੋ। ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਭੀੜ ਦੇ ਵਿੱਚ ਧੱਕਾ ਵੱਜ ਰਿਹਾ ਹੈ, ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਸਰ ਇਹ ਪੰਜਾਬੀ ਨੇ ਜਾਂ ਫਿਰ ਕੋਈ ਪ੍ਰਵਾਸੀ ਹੈ? ਨਹੀਂ, ਇਹ ਪੰਜਾਬੀ ਆ, ਨਾਭੇ ਤੇ ਉਧਰੋਂ ਬਿਲੋਂਗ ਕਰਦੀ ਹੈ, ਸਾਰੇ ਪੰਜਾਬੀ ਬੋਲਦੀਆਂ ਜੀ। ਹੈ ਤੇ ਸਰ ਇਹ ਗਰੋਹ ਹੋਰ ਵੀ ਵੱਡਾ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਜਿਹੜੇ 6 ਤੁਸੀਂ ਕਾਬੂ ਕੀਤੇ, ਹੋਰ ਵੀ ਕੋਈ ਨੈਕਸਸ ਪੂਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ? ਦੇਖੋ, ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਇਹਨਾਂ ਕੋਲ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨਾਂ ਦਾ, ਕਿਉਂਕਿ ਅਸੀਂ ਅਲੱਗ ਅਲੱਗ ਡਿਸਟ੍ਰਿਕਟ ਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫ ਆਈ ਆਰ ਦਰਜ ਹੋਈ ਵੀ ਆ, ਤੇ ਇਹਨਾਂ ਤੋਂ ਵੀ ਪੁੱਛਗਿੱਛ ਕਰਾਂਗੇ। ਇਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ, ਅਸੀਂ ਹੋਰ ਰਿਮਾਂਡ ਦੇ ਕੇ ਇਹਨਾਂ ਤੋਂ ਪਤਾ ਕਰਦੇ ਹਾਂ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ। ਸਰ ਕਿਹਨੂੰ ਬ੍ਰੇਕ ਨੂੰ ਬਣਾਉਂਦੇ ਸੀ ਆਪਣਾ, ਕਿਸ ਤਰੀਕੇ ਨਾਲ ਕਰਦੇ ਸੀ, ਉਸ ਬਾਰੇ ਤੁਹਾਨੂੰ ਦੱਸੋਗੇ ਕਿ ਮਹਿਲਾਵਾਂ ਜਿਹੜੇ ਬਜ਼ੁਰਗ ਨੇ ਦੇਖੋ, ਇਹ ਜਿਸ ਤਰ੍ਹਾਂ ਹੁਣ ਆਪਾਂ ਬੱਸ ਚੜ੍ਹਦੇ ਹਾਂ, ਕਿਉਂਕਿ ਜਿਹੜੇ 40 ਈਅਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਇਹ ਟਾਰਗੇਟ ਕਰਦੇ ਸੀ ਇਹ, ਕਿਉਂਕਿ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22-23 ਸਾਲ ਦੀ ਕੁੜੀ ਆ ਕੋਈ, ਉਹ ਅਲਰਟ ਹੁੰਦੇ ਵੈਸੇ ਹੀ, ਇਹ ਉਹ ਚੀਜ਼ ਦੇਖਦੇ ਆ। ਜਿਹੜਾ ਥੋੜਾ ਅਲਰਟ ਨਹੀਂ ਹੈਗਾ, 40+ ਜਿਹਦੀ ਏਜ ਹੈਗੀ ਆ, ਉਹਨਾਂ ਨੂੰ ਇਹ ਟਾਰਗੇਟ ਕਰਦੇ ਸੀ ਇਹ। Thank you.